ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸੋਸ਼ਲ ਡਿਸਟੈਂਸਿੰਗ ਕਿੱਦਾਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਅਤੇ ਮੈਂ ਹਾਂ ਸਨਮਜੀਤ ਸਿੰਘ। ਅਸੀਂ ਇਸ ਵੇਲੇ ਖੜ੍ਹੇ ਹਾਂ ਲੁਧਿਆਣਾ ਦੇ ਪਾਰਕ ਪਲਾਜ਼ਾ ਹੋਟਲ ਦੇ ਬਾਹਰ, ਜਿੱਥੇ ਤੁਸੀਂ ਰਸ਼ ਦੇਖ ਸਕਦੇ ਹੋ, ਜਿੱਥੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਕੀਤੀ ਜਾ ਰਹੀ ਹੈ। ਪੂਰੇ ਦੇਸ਼ ਵਿੱਚ ਲੋਕਡਾਊਨ ਹੈ, ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸੋਸ਼ਲ ਡਿਸਟੈਂਸਿੰਗ ਕਿੱਦਾਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇਹ ਜੋ ਰਸ਼ ਪਿਆ ਹੋਇਆ, ਇਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਇਹ ਕੋਈ ਉਹ ਲੋਕ ਨੇ ਜੋ ਅਮੈਰੀਕਾ ਦੇ ਸਿਟੀਜ਼ਨਸ ਨੇ, ਇੱਥੇ ਹੋਟਲ ਦੇ ਵਿੱਚ ਠਹਿਰੇ ਹੋਏ ਸੀਗੇ ਅਤੇ ਕਰਫਿਊ ਕਰਕੇ, ਇੰਟਰਨੈਸ਼ਨਲ ਬਾਰਡਰਸ ਬੰਦ ਹੋਣ ਕਰਕੇ ਇਹ ਇੱਥੇ ਹੀ ਫਸੇ ਹੋਏ ਸੀਗੇ। ਤਾਂ ਇਹ ਸਾਰੇ ਅਮੈਰੀਕਾ ਦੇ ਸਿਟੀਜ਼ਨਸ ਨੇ, ਹੈਗੇ ਪੰਜਾਬੀ ਨੇ ਪਰ ਅਮੈਰੀਕਾ ਦੀ PR ਹੋਲਡਰ ਨੇ, ਇਹ ਸਾਰੇ ਅਮੈਰੀਕਾ ਦੇ ਹੁਣ ਸਿਟੀਜ਼ਨ ਬਣ ਚੁੱਕੇ ਨੇ। ਉੱਦਾਂ ਇਹ ਬਾਏ ਬਰਥ ਪੰਜਾਬੀ ਨੇ, ਤਾਂ ਤੁਸੀਂ ਦੇਖ ਸਕਦੇ ਹੋ ਅਮੈਰੀਕਾ ਨੇ ਇੱਕ ਆਪਣੇ ਔਫਿਸਰਸ ਕੁਛ ਇੱਥੇ ਭੇਜੇ ਹੋਏ ਨੇ ਅੰਬੈਸੀ ਤੋਂ, ਜੋ ਇਹਨਾਂ ਦੀਆਂ ਸਾਰਿਆਂ ਦੀਆਂ ਡਿਟੇਲਸ ਲੈ ਰਹੇ ਨੇ। ਆਪਣੇ ਜੋ ਇੱਥੇ ਉਹਨਾਂ ਦੇ ਸਿਟੀਜ਼ਨਸ ਫਸੇ ਹੋਏ ਨੇ, ਉਹਨਾਂ ਵਾਸਤੇ ਚਾਰਟਰਡ ਪਲੇਨ ਹੈ ਜੋ ਮੰਗਵਾਇਆ ਜਾ ਰਿਹਾ, ਤਾਂ ਕਿ ਆਪਣੇ ਉਹ ਸਿਟੀਜ਼ਨਸ ਨੂੰ ਅਮੈਰੀਕਾ ਵਾਪਸ ਲੈ ਕੇ ਆ ਸਕਣ। ਤਾਂ ਤੁਸੀਂ ਦੇਖ ਸਕਦੇ ਹੋ ਉਹ ਦੋ ਔਫਿਸਰਸ, ਅਮੈਰੀਕਨ ਔਫਿਸਰਸ ਇੱਥੇ ਅੰਬੈਸੀ ਦੇ ਔਫਿਸਰਸ ਬੈਠੇ ਨੇ, ਉਹ ਸਾਰਿਆਂ ਦੀ ਡਿਟੇਲਸ ਲੈ ਰਹੇ ਨੇ ਜੋ ਜੋ ਲੋਕ ਇੱਥੇ ਫਸੇ ਹੋਏ ਸੀਗੇ। ਤੁਸੀਂ ਉਹ ਦੇਖ ਸਕਦੇ ਹੋ ਅਮੈਰੀਕਨ ਪਾਸਪੋਰਟਸ ਨੇ ਇਹਨਾਂ ਲੋਕਾਂ ਦੇ ਕੋਲ, ਅਮੈਰੀਕਾ ਦੇ ਸਿਟੀਜ਼ਨਸ ਨੇ ਜੋ ਇੱਥੇ ਫਸੇ ਹੋਏ ਸੀ, ਅਤੇ ਹੁਣ ਅਮੈਰੀਕਾ ਨੇ ਆਪਣੇ ਸਿਟੀਜ਼ਨਸ ਨੂੰ ਇੱਥੋਂ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਆ, ਪਰ ਤਾਂ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡ ਰਹੀਆਂ ਨੇ। ਬੰਦੇ 'ਤੇ ਇੱਥੇ ਬੰਦਾ ਚੜਿਆ ਹੋਇਆ, ਕੋਈ ਕਿਸੇ ਪ੍ਰਕਾਰ ਦੀ ਸੋਸ਼ਲ ਡਿਸਟੈਂਸਿੰਗ ਨਹੀਂ ਇੱਥੇ ਦਿਖ ਰਹੀ, ਜਦਕਿ ਵਾਰ ਵਾਰ ਅਸੀਂ ਗੱਲ ਕਰਦੇ ਹਾਂ ਕਿ ਸੋਸ਼ਲ ਡਿਸਟੈਂਸਿੰਗ ਅਸੀਂ ਮੇਨਟੇਨ ਕਰਨੀ ਹੈ, ਪਰ ਇੱਥੇ ਕੋਈ ਕਿਸੇ ਪ੍ਰਕਾਰ ਦੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ ਜਾ ਰਹੀ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੰਬੀਆਂ ਕਤਾਰਾਂ ਦੇ ਵਿੱਚ ਗਰੁੱਪ ਬਣਾ ਕੇ ਲੋਕ ਇੱਥੇ ਖੜ੍ਹੇ ਹੋਏ ਨੇ। ਮੈਂ ਕੈਮਰਾਮੈਨ ਕਹੂੰਗਾ ਲਗਾਤਾਰ ਤਸਵੀਰਾਂ ਤੁਹਾਡੀਆਂ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਲੋਕ ਇੱਥੇ ਲੰਬੀਆਂ ਲਾਈਨਾਂ ਦੇ ਵਿੱਚ ਖੜ੍ਹੇ ਨੇ। ਬਾਹਰ ਜਾਣ ਦਾ ਸ਼ੌਂਕ ਅੱਜ ਕੱਲ੍ਹ ਹਰੇਕ ਨੂੰ ਹੀ ਹੈ, ਤਾਂ ਤੁਸੀਂ ਜਿੰਨੇ ਵੀ ਲੋਕ ਇਸ ਦੇ ਵਿੱਚ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ, ਸਾਰੇ ਅਮੈਰੀਕਨ ਨੇ, ਉੱਦਾਂ ਪੰਜਾਬੀ ਨੇ ਪਰ ਹੁਣ ਅਮੈਰੀਕਨ ਬਣ ਚੁੱਕੇ ਨੇ, ਅਮੈਰੀਕਾ ਦੇ PR ਹੋਲਡਰਸ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਤਾਰ ਬਣਾ ਕੇ ਇੱਥੇ ਖੜ੍ਹੇ ਨੇ ਆਪਣੀ ਕੰਟਰੀ ਦੇ ਵਿੱਚ ਵਾਪਸ ਜਾਣ ਨੂੰ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਪਦੀ ਧੁੱਪ ਦੇ ਵਿੱਚ ਇਹ ਲੋਕ ਇੱਥੇ ਖੜ੍ਹੇ ਨੇ, ਪਰ ਕੋਈ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾ ਰਿਹਾ। ਤੁਸੀਂ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਰ, ਤੁਸੀਂ ਕਦੋਂ ਦੇ ਫਸੇ ਹੋਏ ਹੋ ਉੱਥੇ? ਕਦੋਂ ਦੇ ਸਰ ਤੁਸੀਂ ਇੱਥੇ ਫਸੇ ਹੋਏ ਹੋ? ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਅਸੀਂ ਫਸੇ ਜੀ ਨਹੀਂ, ਅਸੀਂ ਤਾਂ ਆਪਣੀ ਕੰਟਰੀ ਆਏ ਸੀਗੇ ਘੁੰਮਣ ਜੀ। ਅਸੀਂ ਰਹਿਣ ਵਾਲੇ ਹਾਂ ਪੰਜ ਗਰੇ ਕਲਾਂ, ਜ਼ਿਲ੍ਹਾ ਫਰੀਦਕੋਟ ਜੀ। ਕਿਹੜੀ ਕੰਟਰੀ ਤੋਂ ਆਏ ਸੀ ਇੱਥੇ? USA ਤੋਂ ਜੀ। ਉੱਥੇ ਦੇ PR ਹੋਲਡਰ ਹੋ ਤੁਸੀਂ? ਨਹੀਂ, ਮੈਂ ਸਿਟੀਜ਼ਨ ਜੀ ਉੱਥੋਂ ਦਾ ਜੀ। ਅਤੇ ਇੱਥੇ ਕਿੰਨੀ ਦੇਰ ਤੋਂ, ਮਤਲਬ ਹੁਣ ਤੁਸੀਂ ਨਹੀਂ ਜਾ ਪਾ ਰਹੇ ਸੀਗੇ? ਮੈਨੂੰ ਹੋ ਗਏ ਜੀ 2 ਮਹੀਨੇ ਹੋ ਗਏ ਇੱਥੇ ਆਏ ਨੂੰ। ਹਾਂਜੀ। ਅਤੇ ਹੁਣ ਇਹ ਜੋ ਔਫਿਸਰਸ ਆਏ ਨੇ, ਕੀ ਤੁਹਾਡੀਆਂ ਡਿਟੇਲਸ ਲੈ ਰਹੇ ਨੇ, ਕੀ ਕਰ ਰਹੇ ਨੇ ਇਹ? ਡਿਟੇਲਸ ਅਸੀਂ ਔਨਲਾਈਨ ਅਪਲਾਈ ਕਰਿਆ ਸੀ ਆਪਦੀ USA ਗਵਰਨਮੈਂਟ ਨੂੰ ਵੀ ਅਸੀਂ ਆਉਣਾ ਚਾਹੁੰਦੇ ਹਾਂ, ਅਤੇ ਅਸੀਂ ਉਹਨਾਂ ਥੈਂਕਸ ਕਰਦੇ ਹਾਂ, ਉਹਨਾਂ ਨੇ ਸਾਡੇ ਲਈ ਪ੍ਰਬੰਧ ਕੀਤਾ ਅਤੇ ਸਾਡੇ ਬੱਸਾਂ ਭੇਜੀਆਂ ਜੀ। ਬੱਸਾਂ ਤੋਂ ਬਾਅਦ ਦੇ ਵਿੱਚ ਹੁਣ ਸਪੈਸ਼ਲ ਚਾਰਟਰ ਪਲੇਨ ਭੇਜਿਆ। ਚਾਰਟਰ ਪਲੇਨ ਹੁੰਦਾ ਜਿਹੜਾ ਇੱਕ ਪਾਸੇ ਤੋਂ ਖਾਲੀ ਆ ਰਿਹਾ ਜੀ, ਇੱਧਰੋਂ ਸਾਨੂੰ ਲੈ ਕੇ ਜਾਊਗਾ। ਅਸੀਂ ਮੈਂ ਫਿਰ ਥੈਂਕਸ ਅਗੇਨ ਕਰਦਾ ਸਾਡੀ USA ਗਵਰਨਮੈਂਟ ਦਾ ਜੀ। ਤੁਸੀਂ ਦੇਖ ਸਕਦੇ ਹੋ ਕਾਫੀ ਦੇਰ ਤੋਂ ਜੋ ਨੇ ਲੋਕ ਇੱਥੇ, ਆਪਣੇ ਪੰਜਾਬੀ ਲੋਕ ਜੋ ਬਾਹਰ ਗਏ ਹੋਏ ਸੀਗੇ, ਉੱਥੇ ਦੇ ਸਿਟੀਜ਼ਨ ਬਣ ਚੁੱਕੇ ਨੇ ਹੁਣ ਅਮੈਰੀਕਾ ਦੇ, ਉਹ ਇੱਥੇ ਹੁਣ ਫਸੇ ਹੋਏ ਨੇ, ਉਹ ਆਪਣੀ ਕੰਟਰੀ ਦੇ ਵਿੱਚ ਜਾ ਰਹੇ ਨੇ। ਸੋਸ਼ਲ ਡਿਸਟੈਂਸ ਪਰ ਜੋ ਹੈ ਇੱਥੇ ਬਿਲਕੁਲ ਨਹੀਂ ਮੇਨਟੇਨ ਕੀਤਾ ਜਾ ਰਿਹਾ। ਤਾਂ ਇੱਥੇ ਕੁਛ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ। ਸਰ, ਕਿੱਥੋਂ ਆਏ ਹੋ ਤੁਸੀਂ? ਅਸੀਂ ਜੀ ਗੁਰਾਂ ਏਰੀਆ ਤੋਂ ਆਏ। ਅਤੇ ਕਿਹੜੀ ਕੰਟਰੀ 'ਚੋਂ ਤੁਸੀਂ ਇੱਥੇ ਆਏ ਹੋ? USA ਤੋਂ। ਉੱਥੇ ਦੇ ਹੁਣ ਤੁਸੀਂ PR ਹੋਲਡਰ ਸਿਟੀਜ਼ਨ ਹੋ ਤੁਸੀਂ? ਸਿਟੀਜ਼ਨ। ਹਾਂਜੀ। ਅਤੇ ਕਿੰਨੀ ਦੇਰ ਤੋਂ ਇੱਥੇ ਤੁਸੀਂ ਫਸੇ ਹੋਏ ਹੋ ਹੁਣ? ਸਾਨੂੰ 2 ਮਹੀਨੇ ਹੋ ਗਏ। ਹਾਂਜੀ। ਅਤੇ ਹੁਣ ਇਹ ਕੀ ਕਰ ਰਹੀ ਹੈ ਤੁਹਾਡੀ ਗਵਰਨਮੈਂਟ ਤੁਹਾਡੇ ਵਾਸਤੇ? ਇਹ ਜਿਹੜੀ US ਗਵਰਨਮੈਂਟ? ਹਾਂਜੀ। ਕੁਛ ਨਹੀਂ, ਬਸ ਬੈਂਚ ਲੱਗੇ। ਬੈਂਚ ਲੱਗੇ ਹੋ? ਅਤੇ ਤੁਹਾਨੂੰ ਵਾਪਸ ਲੈ ਕੇ ਜਾ ਰਹੇ ਨੇ ਹੁਣ? ਹਾਂਜੀ ਹਾਂਜੀ, ਬੱਸ ਲੈ ਕੇ ਜਾ ਰਹੇ ਹਾਂ। ਖੁਸ਼ੀ ਹੋ ਰਹੀ ਆ? ਠੀਕ ਆ, ਖੁਸ਼ੀ ਵੀ ਹੈ ਅਤੇ ਗਮੀ ਵੀ ਆ, ਕਿਉਂਕਿ ਆਪਣੇ ਕੋਲ ਜਾਣਾ ਵੀ ਹੁੰਦਾ ਅਤੇ ਬਾਹਰ ਲੈ ਕੇ ਜਾਂਦਾ। ਠੀਕ ਹੈ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਹੋਟਲ ਪਾਰਕ ਪਲਾਜ਼ਾ ਦੇ ਬਾਹਰ ਦੀਆਂ ਤਸਵੀਰਾਂ ਨੇ, ਜਿੱਥੇ ਲੋਕ ਲਾਈਨਾਂ ਬਣਾ ਕੇ ਆਪਣੇ ਟੈਚੀ ਲੈ ਕੇ ਖੜ੍ਹੇ ਨੇ, ਪਰ ਸੋਸ਼ਲ ਡਿਸਟੈਂਸ ਮੇਨਟੇਨ ਬਿਲਕੁਲ ਨਹੀਂ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ, ਪਰ ਫਿਰ ਵੀ ਜੋ ਹੈ ਸੋਸ਼ਲ ਡਿਸਟੈਂਸ ਦੀਆਂ ਇੱਥੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਲੋਕ ਖੁਸ਼ ਨੇ ਕਿ ਉਹਨਾਂ ਨੂੰ ਅਮੈਰੀਕਾ
वापस जाने मिल रहा अपनी गवर्नमेंट का थैंक्स कर रही ने कर रहे हैं अमेरिका गवर्नमेंट इन्होंने वास्ते इन्ना कुछ कर रही है उन्होंने थैंक्स कर रहे पर साड़ी गवर्नमेंट की कर रही है इतने मुलाजम खड़े ने सोशल डिस्टेंसिंग कितने मेनटेन नहीं हैगी तो वधेरे अपडेट्स जुड़े रहो लुधियाना तो सरमजीत सिंह कैमरामैन गुरदीप के नाल लुधियाना टाइम्स।